ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵਲੋਗ ਵਿੱਚ, ਰੰਧਾਵਾ ਵਲੋਗਸ ਵਿੱਚ। ਅਤੇ ਅੱਜ ਆਪਾਂ ਆਏ ਹਾਂ ਜੀ ਫਤਿਹਗੜ੍ਹ ਸਾਹਿਬ ਦੇ ਸਾਹਮਣੇ, ਇੱਕ ਨਵਾਂ ਖੰਡਾ ਬਣਿਆ ਜੀ। ਅਤੇ ਇਸ ਦੀ ਵੀਡੀਓ ਹਜੇ ਤੱਕ ਨਹੀਂ ਪਈ ਮਿਲਾਂ ਦਾ ਜਿੱਥੋਂ ਤੱਕ ਯੂਟਿਊਬ 'ਤੇ। ਅਤੇ ਅੱਜ ਉਹ ਖੰਡਾ ਤੁਹਾਨੂੰ ਆਪਾਂ ਦਿਖਾਵਾਂਗੇ ਉੱਪਰੋਂ ਥੱਲੋਂ ਕਿ ਇਸ ਤਰ੍ਹਾਂ ਬਣਿਆ ਹੋਇਆ। ਅਤੇ ਚੱਲਦੇ ਜੀ ਅੰਦਰ, ਬੜਾ ਸੁਨਸਾਨ ਹੈ ਜੀ ਹਨੇਰਾ। ਰੁਕ ਜਾਓ, ਲੈ ਜਾ ਮੈਨੂੰ ਭਰਾਵਾ, ਬੜੀ ਬੜੀ ਜਗ੍ਹਾ ਛੱਡੀ ਹੋਈ ਹੈ ਜੀ। ਆਹ ਦੇਖ ਸਕਦੇ ਹੋ ਤੁਸੀਂ, ਪੂਰਾ ਖੰਡਾ ਬਣਿਆ ਜੀ। ਥੱਲੇ ਕੀ ਆ ਓਏ, ਪਾਰਕਿੰਗ? ਪੁੱਲੇ ਪੁੱਲੇ ਇਹ ਬਣਾਉਣਗੇ ਹੈ ਨਾ, ਹਜੇ ਟਾਇਰ ਲੱਗਣੀ ਹੈ ਸਾਰੇ 'ਚ। ਹਾਂ, ਇੱਥੇ ਇੱਥੇ ਜੀ ਮੈਨੂੰ ਲੱਗਦਾ ਪ੍ਰੋਪਰ ਇੱਥੇ ਬਣਾਉਣਗੇ ਸਾਰਾ ਕੁਛ, ਟਾਇਰ ਲੱਗੂਗੀ ਜੀ। ਟਾਇਰ ਉੱਧਰਲੇ ਬੰਨੇ ਪਈ ਹੋਈ ਹੈ। ਅਤੇ ਮੈਨੂੰ ਲੱਗਦਾ ਇੱਥੇ ਤਸਵੀਰਾਂ ਵਗੈਰਾ ਜਿੱਦਾਂ ਕਿ ਅਨੰਦਪੁਰ ਸਾਹਿਬ ਲੱਗਿਆ ਹੋਇਆ ਉੱਦਾਂ ਬਣਾਉਣਗੇ। ਅਤੇ ਪੂਰਾ ਖੰਡੇ ਦੀ ਸ਼ੇਪ ਹੈ ਜੀ, ਜਿੱਦਾਂ ਆਪਾਂ ਦੂਰੋਂ ਦੇਖੀਏ ਤਾਂ ਪੂਰੀ ਖੰਡੇ ਦੀ ਸ਼ੇਪ ਹੈ ਇੱਥੇ। ਅਤੇ ਇੱਥੋਂ ਜਾਣ ਨੂੰ ਰਾਹ ਵੀ ਹੈਗਾ। ਉਹ ਥੱਲੇ ਨਾ ਜਾ ਭਰਾ, ਡਰ ਲੱਗਦਾ। ਖੰਡਾ ਹੀ ਆ, ਇਹ ਪੂਰੀ ਸ਼ੇਪ ਤਾਂ ਵੇਖ, ਖੰਡਾ ਪੂਰਾ। ਜਿੰਦਰ ਥੱਲੇ ਰਹਿਣ ਦੇ ਉੱਤੇ ਆਇਆ ਭਰਾਵਾ, ਬੜਾ ਹੀ ਥੱਲੇ ਰਹਿਣ ਦੇ ਭਰਾਵਾ, ਕਿਉਂ ਤੂੰ ਮਾਰਨਾ ਹੀ? ਰੁਕ ਜਾ ਨਾ, ਇਕੱਲੇ ਹੀ ਆਈਏ ਨਾ। ਥੱਲੇ ਪੂਰੀ ਖੰਡੇ ਦੀ ਸ਼ੇਪ ਬਣੀ ਹੋਈ ਹੈ ਜੀ, ਅਤੇ ਥੋੜ੍ਹਾ ਹਨੇਰਾ ਬਹੁਤ, ਡਰ ਲੱਗਣ ਦਿਆ ਬੜਾ, ਪਰ ਤੁਹਾਨੂੰ ਦਿਖਾਉਣ ਵਾਸਤੇ ਆਪਾਂ ਜ਼ਰੂਰ ਆਵਾਂਗੇ ਜੀ ਥੱਲੇ। ਆਹ ਦੇਖੋ ਜੀ, ਤੁਸੀਂ ਦੇਖ ਸਕਦੇ ਜੀ। ਅਤੇ ਹਜੇ ਇੱਥੇ ਮੈਨੂੰ ਲੱਗਦਾ ਟੈਲ ਵਗੈਰਾ ਅਤੇ ਲਾਈਟਾਂ ਵਗੈਰਾ ਲੱਗਣਗੀਆਂ ਸਾਰੀਆਂ। ਹਜੇ ਤਾਂ ਬਹੁਤ ਕੁਛ ਮਤਲਬ ਵਧੀਆ ਤਰੀਕੇ ਬਣੇਗਾ। ਉਹ ਥੱਲੇ ਨਹੀਂ ਜਾਣਾ, ਇੱਧਰ ਆ ਜਾ ਸਾਰੇ ਥੱਲੇ। ਨਹੀਂ ਭਰਾਵਾ, ਥੱਲੇ ਹਨੇਰਾ, ਉੱਤੇ ਆ ਜਾ। ਆਇਆ ਜਿੰਦਰ, ਹੈਂ ਆ ਜਾ ਯਾਰ, ਬੜਾ ਵੱਡਾ ਬਣਿਆ ਜੀ। ਲੈਂਦੇ ਆ ਜੀ ਪੂਰਾ, ਆ ਜਾ ਆ ਜਾ। ਅਰੇ ਵਾਹ, ਸਿੰਗਿੰਗ ਹੋ ਜਾਵੇ ਇੱਕ ਵਾਰੀ ਜਿੰਦਰ। ਲੈ ਸਾਲਾ, ਥੱਲੇ ਨਹੀਂ ਜਾਣਾ, ਉੱਤੇ ਥੱਲੇ ਜਾਈ ਜਾਂਦਾ, ਉੱਤੇ ਨਹੀਂ ਜਾਣਾ। ਬੜਾ ਡਰ ਲੱਗਣ ਦਿਆ ਜੀ, ਇੱਥੇ ਤਾਂ ਹਨੇਰਾ ਇੰਨਾ ਹਿਸਾਬ ਨਹੀਂ। ਜਦੋਂ ਇੱਥੇ ਬਣੂਗਾ ਜੀ ਵਧੀਆ ਤਰੀਕੇ, ਉਦੋਂ ਬਹੁਤ ਸੋਹਣਾ ਲੱਗੂਗਾ ਜੀ। ਆਵਾਜ਼ ਗੂੰਜਦੀ ਹੈ ਤੇ ਜਿੰਦਰ ਸਿੰਘ ਦੀ ਆਵਾਜ਼, ਮਾਸ਼ਾਅੱਲਾ। ਚੜ੍ਹਾਈ ਬੜੀ ਜੇ ਯਾਰ, ਤੇ ਜਦੋਂ ਬਣੂਗਾ ਮੇਲਾ ਤਾਂ ਉਦੋਂ ਵਧੀਆ ਤਰੀਕੇ ਨਾਲ ਇੱਥੇ ਟਾਇਲ ਵਗੈਰਾ ਪੱਥਰ ਵਗੈਰਾ ਲੱਗਣਗੇ ਤੇ ਬਹੁਤ ਵਧੀਆ ਲੱਗੂਗਾ। ਟਾਇਲ ਲੱਗ ਗਈ ਤੇ ਰਿੜਦੇ ਜਾਣਗੇ। ਉੱਤੇ ਵੀ ਬਣਿਆ ਜੀ ਖੰਡਾ, ਤੇ ਅੱਜ ਉੱਤੇ ਚੱਲਦੇ ਆ। ਤੇ ਆ ਪੌੜੀਆਂ ਉੱਤੇ ਜਾਣ ਨੂੰ ਹਜੇ ਸਾਰਾ ਕੁਛ ਬਣਨ ਵਾਲਾ ਜੀ, ਇੱਥੇ ਕੁਛ ਨਹੀਂ ਬਣਿਆ ਹੈਗਾ ਜੀ। ਅਤੇ ਹਨੇਰਾ ਬੜਾ ਜੀ, ਡਰ ਤਾਂ ਲੱਗਦਾ, ਪਰ ਜਾਂਦੇ ਹਾਂ ਉੱਤੇ। ਬੜਾ ਹੀ ਵੱਡਾ ਕੀਤਾ ਜੀ ਜੀ, ਦੇਖੋ ਲੋਕਾਂ ਦੀ ਕਲਾਕਾਰੀ ਪਹਿਲਾਂ ਹੋ ਜਾਂਦੀ ਹੈ, ਬਣਦਾ। ਅਤੇ ਆਹ ਦੇਖੋ ਸ਼ਾਨਦਾਰ, ਪੂਰਾ ਵੱਡਾ, ਵਾਹ ਬੱਲੇ। ਮਤਲਬ ਪੂਰਾ ਤਗੜੀ ਇੰਜੀਨੀਅਰਿੰਗ, ਮਤਲਬ ਪੂਰਾ ਚੰਗਾ ਪਹਿਲ ਆਇਆ। ਇਹ ਬੰਨ ਬੰਨ ਚੀ ਆ, ਦੇਖੋ ਕਿੱਡੇ ਮੋਟੇ ਮੋਟੇ ਬੀਮ ਲੱਗੇ ਜੀ। ਇਹ ਟੈਲਾਂ ਨੇ ਤੇਰੀ ਟੈਲਾਂ ਵਾ, ਕਿਆ ਬਾਤ ਜੀ, ਟੈਲਾਂ ਪੂਰੀਆਂ ਗੰਦੀਆਂ ਹੋਈਆਂ ਪਈਆਂ ਜੀ ਮੀਮਾਂ ਕਰਕੇ। ਸ਼ੇਪ ਪੂਰੀ ਵਧੀਆ ਬਣੀ ਜੀ, ਇੰਜੀਨੀਅਰ ਨੇ ਕਮਾਲ ਕੀਤੀ ਬਈ, ਇੰਜੀਨੀਅਰ ਨੇ ਪੂਰੀ ਖਤਮ ਕੀਤੀ ਹੋਈ ਗੱਲ। ਆਓਗੇ ਤਾਂ ਪਤਾ ਲੱਗੂਗਾ। ਵੈਸੇ ਥੱਲੇ ਦੇਖੋ ਜੀ, ਮਤਲਬ ਹਜੇ ਹੋਰ ਥੱਲੇ ਬੱਲੇ ਬੱਲੇ, ਬੜਾ ਹੀ ਹਨੇਰਾ ਜੀ, ਡਰ ਇੰਨਾ ਲੱਗਦਾ ਕੋਈ ਹਿਸਾਬ ਨਹੀਂ। ਪਰ ਚੜ੍ਹਦੇ ਹਾਂ ਆਪਾਂ ਤੁਹਾਡੇ ਕਰਕੇ, ਹੁਣ ਇੱਥੋਂ ਉੱਤੇ ਚੜ੍ਹਦੇ ਹਾਂ, ਚੜ੍ਹ ਜਾ ਉੱਤੇ, ਇੱਦਾਂ ਚੜ੍ਹਨਾ ਜੀ ਉੱਤੇ। ਆ ਫੜੀ ਬੱਲੇ 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 ਜੀ, ਪੂਰਾ ਚੰਗੀ ਤਰ੍ਹਾਂ
ਆ ਦੇਖੋ ਖੰਡੇ ਦੀ ਸ਼ੇਪ ਪੂਰੀ ਬਣੀ ਹੋਈ ਹੈ ਫਤਿਹਗੜ੍ਹ ਸਾਹਿਬ ਦੀ ਕਿੱਡੀ ਪਿਆਰੀ ਪੂਰੇ ਢਾਲ ਉਹ ਸਾਹਮਣੇ ਫਤਿਹਗੜ੍ਹ ਸਾਹਿਬ ਹੈ ਜੀ ਅਤੇ ਤੁਹਾਨੂੰ ਮੈਂ ਬਿਲਕੁਲ ਐਂਡ 'ਤੇ ਜਾ ਕੇ ਦਿਖਾਉਂਦਾ ਇੱਧਰ ਨੂੰ ਪੂਰੀ ਸ਼ੇਪ ਖੰਡੇ ਦੀ ਵਧੀਆ ਤਰੀਕੇ ਬਣਾਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਪ੍ਰੋਜੈਕਟ ਜਿੱਦਾਂ ਅਨੰਦਪੁਰ ਸਾਹਿਬ ਕੀਤਾ ਹੋਇਆ ਫੋਟੋਆਂ ਦਾ ਚੰਗੀ ਤਰ੍ਹਾਂ ਲੱਗੂਗਾ ਖੰਡਾ ਬਣਿਆ ਹੋਇਆ ਰੋਜ਼ਾ ਯਾਰ ਇਹ ਗੱਲ ਗਲਤ ਆ ਰੋਜ਼ਾ ਯਾਰ ਨਹੀਂ ਤੂੰ ਉੱਤੇ ਆ ਨਹੀਂ ਨਹੀਂ ਉੱਤੇ ਆ ਨਾਲ ਆ ਮੇਰੇ ਨਹੀਂ ਨਹੀਂ ਉਹ ਕੁਛ ਨਹੀਂ ਕਹਿੰਦੇ ਉਹਦੇ ਲੋਕ ਚੜ੍ਹਦੇ ਆ ਉੱਤੋਂ ਰਿੜ ਕੇ ਆ ਜਾ ਤੂੰ ਥੱਲੇ ਇੱਥੇ ਥੱਲੇ ਦਿਖਾਉਂਦਾ ਜੀ ਤੁਹਾਨੂੰ ਮੈਂ ਥੱਲੇ ਤਾਂ ਵੇਖਣ ਨੂੰ ਹੈ ਹੀ ਨਹੀਂ ਇੱਧਰ ਫਤਿਹਗੜ੍ਹ ਸਾਹਿਬ ਜੀ ਅਤੇ ਸਾਨੂੰ ਇਹ ਡਰ ਲੱਗਣ ਦਿਆ ਕਿ ਕੁਛ ਕਹਿਣ ਨਾ ਯਾਰ ਗੁਰਦੁਆਰਾ ਸਾਹਿਬ ਵਾਲੇ ਕਿਉਂਕਿ ਹਜੇ ਬਣਿਆ ਨਹੀਂ ਹੈ ਜੀ ਵਧੀਆ ਤਰੀਕੇ ਨਾਲ ਅਤੇ ਜਗਦਾ ਸਟ੍ਰਿਪ ਲਾਈਟਸ ਲੱਗੀਆਂ ਨਾ ਹਾਂ ਇਹ ਰਾਤ ਨੂੰ ਜਗਦਾ ਹੋਣਾ ਯਾਰ ਹੁਣ ਨਹੀਂ ਜਗਦਾ ਸਭਾ 'ਤੇ ਜਗਦਾ ਹੋਣਾ ਸਭਾ 'ਤੇ ਕੀਤਾ ਇੱਧਰ ਫਤਿਹਗੜ੍ਹ ਸਾਹਿਬ ਜੀ ਸਾਹਮਣੇ ਤੇ ਖੰਡਾ ਬਣਿਆ ਜੀ ਆਹ ਦੇਖੋ ਸ਼ੇਪ ਭੱਜ ਗਿਆ ਆਹ ਵੀ ਇੱਧਰ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਕੱਲ੍ਹ ਦਿਖਾਇਆ ਸੀ ਵਲੋਗ 'ਚ ਜੇ ਨਹੀਂ ਵੇਖਿਆ ਜ਼ਰੂਰ ਜਾ ਕੇ ਦੇਖੋ ਵਲੋਗ ਉਬਲਾ ਅਤੇ ਹੁਣ ਥੱਲੇ ਚੱਲਦੇ ਹਾਂ ਜੀ ਬੜਾ ਤਕੜਾ ਵਿਊ ਆਉਂਦਾ ਜੀ ਦੇਖ ਸਕਦੇ ਹੋ ਤੁਸੀਂ ਹੁਣ ਥੱਲੇ ਚੱਲਦੇ ਹਾਂ ਹੁਣ ਚੱਲਦੇ ਹਾਂ ਜੀ ਘਰੇ ਮੈਂ ਤਾਂ ਕਹਿੰਦਾ ਬਸ ਜੀ ਇੰਨਾ ਹੀ ਸੀਗਾ ਇਹ ਅਤੇ ਅਸੀਂ ਤੁਹਾਨੂੰ ਵਿਖਾਇਆ ਜੀ ਅੱਜ ਖੰਡਾ ਬਹੁਤ ਹੀ ਸੋਹਣਾ ਬਣਿਆ ਹੋਇਆ ਜੀ ਜੇ ਤੁਸੀਂ ਫਤਿਹਗੜ੍ਹ ਸਾਹਿਬ ਆਓ ਤਾਂ ਇੱਧਰ ਜ਼ਰੂਰ ਦੇਖੋ ਅਜੇ ਤਾਂ ਬਣ ਰਿਹਾ ਜਦੋਂ ਬਣ ਜੂਗਾ ਤਾਂ ਉਦੋਂ ਤਾਂ ਬਹੁਤ ਵਧੀਆ ਲੱਗੂਗਾ ਉੱਥੇ ਟਿਕਟ ਟੁਕਟ ਲੱਗਣ ਲੱਗ ਜੂਗੀ ਮੈਨੂੰ ਲੱਗਦਾ ਅਤੇ ਬਸ ਇੰਨਾ ਕੁਝ ਸੀਗਾ ਜੀ ਅੱਜ ਦੇ ਵਲੋਗ ਵਿੱਚ ਮਿਲਦੇ ਤੁਹਾਨੂੰ ਅਗਲੇ ਵਲੋਗ ਵਿੱਚ ਥੈਂਕ ਯੂ ਫੋਰ ਵਾਚਿੰਗ